ਸਤਿ ਸ਼੍ਰੀ ਅਕਾਲ ਜੀ, ਬੱਬਲੀ ਕਿਚਨ ਪੰਜਾਬੀ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਮੈਂ ਤੁਹਾਡੇ ਨਾਲ ਮੈਰੀ ਆਈਸਕ੍ਰੀਮ ਦੀ ਰੈਸਪੀ ਸ਼ੇਅਰ ਕਰਾਂਗੀ, ਅਤੇ ਚਲੋ ਅਸੀਂ ਇਹਨੂੰ ਸ਼ੁਰੂ ਕਰਦੇ ਹਾਂ ਬਣਾਉਣਾ। ਮੈਰੀ ਆਈਸਕ੍ਰੀਮ ਬਣਾਉਣ ਵਾਸਤੇ ਸਭ ਤੋਂ ਪਹਿਲੇ ਅਸੀਂ ਮੈਰੀ ਬਿਸਕਿਟ ਲਾਂਗੇ। ਇਹ 20 ਤੋਂ 25 ਬਿਸਕਿਟ ਲੈ ਲੈਣੇ ਨੇ। ਇਹਦੇ 'ਚ ਪਾਉਣ ਵਾਸਤੇ 1/3 ਕੱਪ ਚੀਨੀ, 2 ਕੱਪ ਦੁੱਧ ਲਾਂਗੇ ਔਰ 1 ਕੱਪ ਅਸੀਂ ਵਿਪ ਕਰੀਮ ਲਾਂਗੇ। ਸਭ ਤੋਂ ਪਹਿਲੇ ਅਸੀਂ ਇੱਕ ਮਿਕਸਿੰਗ ਜਾਰ ਲਾਂਗੇ, ਉਹਦੇ ਵਿੱਚ ਬਿਸਕਿਟਸ ਤੋੜ ਕੇ ਇਸ ਤਰ੍ਹਾਂ ਟੁਕੜੇ ਕਰਕੇ ਪਾ ਦਾਂਗੇ। ਇਹਨਾਂ ਨੂੰ ਅਸੀਂ ਗ੍ਰਾਈਂਡ ਕਰਕੇ ਇਹਦਾ ਪਾਊਡਰ ਬਣਾਉਣਾ। ਨਾਲ ਹੀ ਅਸੀਂ ਚੀਨੀ ਪਾ ਦਾਂਗੇ, 1/3 ਕੱਪ ਚੀਨੀ ਹੈ, ਤਾਂ ਕਿ ਚੀਨੀ ਵੀ ਗ੍ਰਾਈਂਡ ਹੋ ਜਾਏ ਨਾਲ ਹੀ। ਇਹ ਦੇਖੋ ਬਿਸਕਿਟ ਅਤੇ ਚੀਨੀ ਦਾ ਪਾਊਡਰ ਬਣ ਕੇ ਤਿਆਰ ਹੋ ਗਿਆ। ਬਸ ਹੁਣ ਅਸੀਂ ਇਹਨੂੰ ਇਹਦੇ ਵਿੱਚ ਅਸੀਂ ਦੁੱਧ ਪਾ ਦਾਂਗੇ। ਪਹਿਲੇ ਅਸੀਂ 1 ਕੱਪ ਦੁੱਧ ਪਾਇਆ, ਸਾਨੂੰ ਗਾੜਾ ਲੱਗਿਆ, ਫਿਰ ਅਸੀਂ 1 ਕੱਪ ਦੁੱਧ ਹੋਰ ਪਾਤਾ। ਇਹਨੂੰ ਮਿਕਸ ਕਰਕੇ ਦੇਖ ਲਓ, 1 ਕੱਪ ਦੁੱਧ ਹੋਰ ਪਾਤਾ। ਮਿਕਸ ਕਰ ਲਾਂਗੇ ਔਰ ਦੇਖੋ ਇਸ ਤਰ੍ਹਾਂ ਸਮੂਥ ਜਿਹਾ ਪਤਲਾ ਜਿਹਾ ਇੱਕ ਬੈਟਰ ਬਣ ਜਾਏਗਾ। ਇਹ ਹੁਣ ਇੱਕ ਬੋਲ ਲਾਂਗੇ, ਬੋਲ ਠੰਡਾ ਹੋਣਾ ਚਾਹੀਦਾ ਔਰ ਵਿਪ ਕਰੀਮ ਵੀ ਬਿਲਕੁਲ ਚਿਲਡ ਹੋਣੀ ਚਾਹੀਦੀ ਹੈ। 1 ਕੱਪ ਕਰੀਮ ਲਾਂਗੇ, ਇਹਨੂੰ ਅਸੀਂ ਇਲੈਕਟ੍ਰਿਕ ਬੀਟਰ ਦੇ ਨਾਲ ਅਸੀਂ ਇਹਨੂੰ ਬੀਟ ਕਰ ਲਾਂਗੇ। ਇਲੈਕਟ੍ਰਿਕ ਬੀਟਰ ਨਾਲ ਬੀਟ ਜਲਦੀ ਹੋ ਜਾਂਦਾ, ਥੋੜ੍ਹੀ ਮਿਹਨਤ ਘੱਟ ਕਰਨੀ ਪੈਂਦੀ ਹੈ, ਨਹੀਂ ਤਾਂ ਤੁਸੀਂ ਵਿਸਕਰ ਨਾਲ ਵੀ ਹੱਥ ਨਾਲ ਵੀ ਤੁਸੀਂ ਇਹਨੂੰ ਕਰ ਸਕਦੇ ਹੋ। ਇਹ ਦੇਖੋ ਇਹਨੂੰ ਥੋੜ੍ਹੀ ਦੇਰ ਅਸੀਂ 2-3 ਮਿੰਟ ਕੀਤਾ, ਪਹਿਲੇ ਮੀਡੀਅਮ 'ਤੇ ਫਿਰ ਹਾਈ 'ਤੇ ਕਰ ਲੈਣਾ ਅਤੇ ਇਹਨੂੰ ਅਸੀਂ ਘੁੰਮਾਉਂਦੇ ਰਹਿੰਦੇ ਜਦ ਤੱਕ ਇਹਦੀਆਂ ਹਾਰਡ ਪੀਕ ਨਾ ਬਣ ਜਾਣ। ਅਗਰ ਬਾਈ ਚਾਂਸ ਤੁਹਾਨੂੰ ਬਾਜ਼ਾਰ ਤੋਂ ਵਿਪ ਕਰੀਮ ਨਹੀਂ ਮਿਲਦੀ ਤਾਂ ਤੁਸੀਂ ਉਹਨੂੰ ਘਰ ਵੀ ਕਰੀਮ ਬਣਾ ਸਕਦੇ ਹੋ, ਅਤੇ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬੋਕਸ ਵਿੱਚ ਦੇ ਦਿਆਂਗੀ, ਕਿਉਂਕਿ ਉਹ ਮੈਂ ਆਪ ਬਣਾ ਕੇ ਦੇਖੀ, ਘਰ ਵੀ ਬੜੇ ਆਰਾਮ ਨਾਲ ਬਣ ਜਾਂਦੀ ਹੈ। ਆਹ ਜਿਹੜੀਆਂ ਸਾਈਡਾਂ 'ਤੇ ਦੇਖੋ ਲੇਅਰ ਆ ਰਹੀਆਂ ਨੇ, ਇਹ ਆਉਣੀਆਂ ਜ਼ਰੂਰੀ ਨੇ, ਇਸ ਤੋਂ ਪਤਾ ਚੱਲ ਰਿਹਾ ਕਿ ਸਾਡੀ ਕਰੀਮ ਵਿਪ ਹੋ ਰਹੀ ਹੈ। ਇਹ ਦੇਖੋ ਇਹ ਬਿਲਕੁਲ ਇਹਦੀਆਂ ਹਾਰਡ ਪੀਕ ਬਣ ਗਈਆਂ ਨੇ। ਇਹਨੂੰ ਦੇਖੋ ਉੱਤੇ ਖੜ੍ਹੇ ਕੀਤਾ ਤਾਂ ਵੀ ਨਹੀਂ ਗਿਰਦੀ, ਵੀ ਇਸ ਤਰ੍ਹਾਂ ਵੀ ਇਹਨੂੰ ਉਲਟਾ ਕੇ ਦੇਖ ਲਓਗੇ ਤਾਂ ਵੀ ਨਹੀਂ ਗਿਰਨਗੀਆਂ। ਇਹਦਾ ਮਤਲਬ ਕਿ ਸਾਡੀ ਕਰੀਮ ਜਿਹੜੀ ਹੈ ਅੱਛੀ ਤਰ੍ਹਾਂ ਵਿਪ ਹੋ ਗਈ ਹੈ। ਹੁਣ ਅਸੀਂ ਜਿਹੜਾ ਬਿਸਕਿਟਸ ਦਾ ਅਤੇ ਦੁੱਧ ਦਾ ਬੈਟਰ ਬਣਾਇਆ ਹੋਇਆ ਸੀ ਉਹ ਅਸੀਂ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਇਹਦੇ 'ਚ ਮਿਲਾ ਦਾਂਗੇ ਅਤੇ ਇਹਨੂੰ ਅਸੀਂ ਮਿਕਸ ਕਰਦੇ ਰਹਾਂਗੇ। ਸਾਰਾ ਇੱਕ ਵਾਰੀ ਨਹੀਂ ਪਾਵਾਂਗੇ, 2-3 ਵਾਰੀ ਪਾਵਾਂਗੇ ਅਤੇ ਇਹਨੂੰ ਅਸੀਂ ਇਸ ਤਰ੍ਹਾਂ ਇਲੈਕਟ੍ਰਿਕ ਬੀਟਰ ਨਾਲ ਘੁਮਾਉਂਦੇ ਰਹਾਂਗੇ। ਥੋੜ੍ਹਾ ਥੋੜ੍ਹਾ ਕਰਕੇ ਪਾਵਾਂਗੇ, ਸਾਰੀ ਕਰੀਮ ਅੱਛੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣੀ ਚਾਹੀਦੀ ਹੈ। ਬਹੁਤ ਹੀ ਆਸਾਨ ਹੈ ਮੈਰੀ ਬਿਸਕਿਟਸ ਦੀ ਆਈਸਕ੍ਰੀਮ ਬਣਾਉਣੀ। ਘਰ ਬੱਚਿਆਂ ਨੂੰ ਗਰਮੀਆਂ ਹੋ ਗਈਆਂ ਨੇ, ਖਾਣ ਨੂੰ ਕੁਛ ਨਾ ਕੁਛ ਚਾਹੀਦਾ ਹੈਗਾ। ਬਸ ਇਹ ਦੇਖੋ ਇਹਨੂੰ ਅੱਛੀ ਤਰ੍ਹਾਂ ਅਸੀਂ ਬੀਟ ਕਰ ਲਿਆ, ਹੁਣ ਇੱਕਦਮ ਸਮੂਥ ਬੈਟਰ ਬਣ ਗਿਆ। 1/2 ਚਮਚ ਅਸੀਂ ਇਹਦੇ 'ਚ ਵਨੀਲਾ ਐਸੈਂਸ ਪਾ ਦਾਂਗੇ। ਬਿਸਕਿਟਸ ਅਸੀਂ ਉਹ ਹੀ ਲੈਣੇ ਨੇ ਜਿਹਦੇ ਵਿੱਚ ਕਿ ਫਲੇਵਰ ਘੱਟ ਹੋਵੇ, ਜੇ ਮੈਰੀ ਬਿਸਕਿਟਸ 'ਚ ਥੋੜ੍ਹਾ ਫਲੇਵਰ ਘੱਟ ਹੁੰਦਾ ਅਤੇ ਇਸ ਕਰਕੇ ਇਹਨਾਂ ਦੀ ਆਈਸਕ੍ਰੀਮ ਨਹੀਂ, ਤਾਂ ਫਿਰ ਬਿਸਕਿਟ ਦਾ ਹੀ ਸਵਾਦ ਆਏਗਾ ਤੁਹਾਨੂੰ, ਮਜ਼ਾ ਨਹੀਂ ਆਏਗਾ ਖਾਣ ਦਾ। ਬਸ ਇਹਨੂੰ ਅਸੀਂ ਵਿੱਚ ਵਨੀਲਾ ਐਸੈਂਸ ਪਾ ਕੇ ਇੱਕ ਵਾਰੀ ਫਿਰ ਬੀਟ ਕਰ ਦਾਂਗੇ ਤਾਂ ਕਿ ਸਾਰਾ ਵਨੀਲਾ ਅੱਛੀ ਤਰ੍ਹਾਂ ਮਿਕਸ ਹੋ ਜਾਏ ਬੈਟਰ ਵਿੱਚ। ਇਹ ਆਈਸਕ੍ਰੀਮ ਥੋੜ੍ਹੀ ਜਿਹੀ ਤੁਹਾਨੂੰ ਲੱਗੇਗੀ ਜਿਸ ਤਰ੍ਹਾਂ ਕਰੀਮ ਜਿਹਾ ਕਲਰ ਬਣੇਗਾ, ਜਿਸ ਤਰ੍ਹਾਂ ਬਿਸਕਿਟਸ ਦਾ ਕਲਰ ਆਏਗਾ ਥੋੜ੍ਹਾ ਜਿਹਾ ਉਹਦੇ ਵਿੱਚ ਕਲਰ ਟੋਨ ਆ ਜਾਏਗੀ ਇਹਦੀ, ਲੇਕਿਨ ਟੇਸਟ ਹੀ ਬਹੁਤ ਬਣਦੀ ਹੈ। ਬੈਟਰ ਸਾਡਾ ਤਿਆਰ ਹੋ ਗਿਆ, ਹੁਣ ਅਸੀਂ ਜਿਹਦੇ 'ਚ ਆਈਸਕ੍ਰੀਮ ਜਮਾਨੀ ਹੈ ਇੱਕ ਬੋਕਸ ਲਾਂਗੇ। ਬਸ ਹੁਣ ਜਿਹਦੇ 'ਚ ਅਸੀਂ ਜਮਾਉਣਾ ਉਹਦੇ 'ਚ ਸਾਰਾ ਬੈਟਰ ਪਾ ਦਾਂਗੇ ਅਤੇ ਇਹਨੂੰ ਅਸੀਂ ਕਲਿੰਕ ਪੇਪਰ ਨਾਲ ਜਾਂ ਤੁਸੀਂ ਸਿਲਵਰ ਫੋਇਲ ਨਾਲ ਜਾਂ ਕਲਿੰਕ ਸ਼ੀਟ ਦੇ ਨਾਲ ਇਹਨੂੰ ਢੱਕ ਦਿਓ ਤਾਂ ਕਿ ਇਹਦੇ ਅੰਦਰ ਏਅਰ ਬੱਬਲਸ ਨਾ ਬਣਨ, ਔਰ ਇਹਨੂੰ ਇਸ ਤਰ੍ਹਾਂ ਅੱਛੀ ਤਰ੍ਹਾਂ ਕਵਰ ਕਰਕੇ ਇਹਦੇ ਉੱਤੇ ਢੱਕਣ ਲਾ ਦਿਓ ਅੱਛੀ ਤਰ੍ਹਾਂ, ਔਰ ਇਹਨੂੰ ਫਰਿੱਜ 'ਚ ਅਸੀਂ ਪਹਿਲੇ 3-4 ਘੰਟਿਆਂ ਉੱਥੇ ਫਰਿੱਜ 'ਚ ਰੱਖ ਦਾਂਗੇ ਫਰਿੱਜ ਹੋਣ ਵਾਸਤੇ। 3 ਘੰਟਿਆਂ ਬਾਅਦ ਅਸੀਂ ਆਈਸਕ੍ਰੀਮ ਕੱਢ ਕੇ ਇਹਨੂੰ ਦੁਬਾਰਾ ਬੀਟ ਕਰ ਰਹੇ ਹਾਂ। ਅਸੀਂ ਇੱਕ ਵਾਰੀ ਦੁਬਾਰਾ ਬੀਟ ਕਰਾਂਗੇ ਤਾਂ ਕਿ ਕਰੀਮ ਜੋ ਹੈ ਜਿਹੜੀ ਆਈਸਕ੍ਰੀਮ ਹੈ ਉਹ ਬਿਲਕੁਲ ਕਰੀਮੀ ਟੈਕਸਚਰ ਆਏ ਇਹਦਾ, ਅਤੇ ਇਹ ਮੈਂ ਇੱਕ ਵਾਰੀ ਦੁਬਾਰਾ ਇਹਨੂੰ ਫਿਰ ਬੀਟ ਕਰਾਂਗੇ 2-3 ਮਿੰਟ। ਹੁਣ ਅਸੀਂ ਇਹਨੂੰ ਜ਼ਿਆਦਾ ਦੇਰ ਨਹੀਂ ਘੁਮਾਉਣਾ, ਬਸ 2-3 ਮਿੰਟ ਇਹਨੂੰ ਅਸੀਂ ਬੀਟ ਕਰਨਾ ਹੈ, ਹਾਂ, ਤਾਂ ਕਿ ਵਿੱਚ ਕੋਈ ਵਾਟਰ ਕ੍ਰਿਸਟਲ ਨਾ ਰਹਿਣ ਵਿੱਚ। ਮਿਕਸਿੰਗ ਜਾਰ ਵਿੱਚ ਵੀ ਤੁਸੀਂ ਬੀਟ ਕਰ ਸਕਦੇ ਹੋ, ਪਰ ਜਿਹੜਾ ਇਲੈਕਟ੍ਰਿਕ ਬੀਟਰ ਨਾਲ ਜ਼ਿਆਦਾ ਵਧੀਆ ਹੁੰਦੀ ਹੈ। ਉਸੇ ਜਾਰ ਵਿੱਚ ਮੈਂ ਜਿਸ ਵਿੱਚ ਪਹਿਲੇ ਜਮਾਈ ਸੀ ਉਹਦੇ 'ਚ ਹੀ ਦੁਬਾਰਾ ਬੈਟਰ ਪਾ ਦਾਂਗੀ, ਉਹ ਹੀ ਕਲਿੰਗ ਸ਼ੀਟ ਦੁਬਾਰਾ ਲਗਾ ਦਾਂਗੇ ਔਰ ਫਿਰ ਅਸੀਂ ਇਹਨੂੰ ਅੱਛੀ ਤਰ੍ਹਾਂ ਕਵਰ ਕਰ ਦੇਣਾ, ਇਹਨੂੰ ਥੱਲੇ ਤੱਕ ਅੰਦਰ ਤੱਕ ਇਹਨੂੰ ਪੂਰਾ ਟੱਚ ਕਰ ਦਿਓ ਔਰ ਉੱਤੇ ਢੱਕਣ ਲਾ ਦਿਓ। ਹੁਣ ਅਸੀਂ ਇਹਨੂੰ 7-8 ਘੰਟਿਆਂ ਵਾਸਤੇ ਅਸੀਂ ਇਹਨੂੰ ਫਰਿੱਜ 'ਚ ਰੱਖ ਦਾਂਗੇ, ਫਰੀਜ਼ਰ 'ਚ ਰੱਖਣੀ ਇਹਨੂੰ ਜੰਮਣ ਵਾਸਤੇ। ਇਹ ਦੇਖਿਓ 8 ਘੰਟੇ, 7-8 ਘੰਟੇ ਕੀ ਪੂਰੀ ਰਾਤ ਹੀ ਮੇਰੀ ਤਾਂ ਪਈ ਰਹੀ ਹੈ, ਸਵੇਰੇ ਮੈਂ ਦੇਖੀ ਫਸਟ ਕਲਾਸ ਆਈਸਕ੍ਰੀਮ ਜੰਮ ਗਈ। ਅਗਰ ਬਹੁਤ ਜ਼ਿਆਦਾ ਹਾਰਡ ਹੈ ਤਾਂ 1-2 ਮਿੰਟ ਪਹਿਲੇ ਕੱਢ ਕੇ ਰੱਖ ਲਓ, ਫਿਰ ਆਰਾਮ ਨਾਲ ਨਿਕਲ ਜਾਂਦੀ ਹੈ। ਇਹ ਦੇਖੋ ਕਿੰਨੀ ਵਧੀਆ ਮੇਰੀ ਆਈਸਕ੍ਰੀਮ ਜੰਮ ਕੇ ਤਿਆਰ ਹੋਈ ਹੈ ਔਰ ਕਿੰਨੀ ਕਰੀਮੀ ਔਰ ਸਮੂਥ ਹੈ। ਬਸ ਅਸੀਂ ਇਹਨੂੰ ਇਸ ਤਰ੍ਹਾਂ ਇੱਕ ਬੋਲ ਹੀ ਸਰਵ ਕਰ ਦਾਂਗੇ। ਚਾਹੇ ਤਾਂ ਤੁਸੀਂ ਇਹਨੂੰ ਇੰਜ ਹੀ ਖਾ ਸਕਦੇ ਹੋ, ਅਗਰ ਬੱਚਿਆਂ ਨੇ ਖਾਣੀ ਹੈ ਥੋੜ੍ਹੀ ਅਟਰੈਕਟ ਕਰਨ ਵਾਸਤੇ ਥੋੜ੍ਹੀ ਜਿਹੀ ਟੂਟੀ ਫਰੂਟੀ ਲਗਾ ਦਾਂਗੇ ਗਾਰਨਿਸ਼ ਕਰਨ ਵਾਸਤੇ, ਥੋੜ੍ਹਾ ਬੱਚੇ ਖੁਸ਼ ਹੋ ਜਾਂਦੇ ਨੇ।
अगर तुहानू मेरी यह रेसिपी चंगी लगती है तो तुसी मेरे चैनल नू लाइक करना, शेयर करना ते सबसक्राइब करना। सारयां दा रब रखा। अगली रेसिपी च असी फिर मिलांगे। वाहेगुरू जी का खालसा, वाहेगुरू जी की फतेह।